ਕਾਨਫਰੰਸ ਰੱਖੀ ਗਈ ਜੀ, ਕਿਸ ਵਿਸ਼ੇ ਤੇ ਲੱਗੀ? ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਗੰਭੀਰ ਸਮੱਸਿਆ ਹੈਗੀ ਹੈ, ਜਿਹੜੀਆਂ ਬੇਸਹਾਰਾ ਗਊਵੰਸ਼ ਸੜਕਾਂ ਦੇ ਉੱਪਰ ਫਿਰ ਰਿਹਾ, ਉਹਦੇ ਲਈ ਕਸੂਰਵਾਰ ਕੌਣ ਹੈ? ਅੱਜ ਅਸੀਂ ਇਸ ਲਈ ਪ੍ਰੈਸ ਵਾਰਤਾ ਬੁਲਾਈ ਹੈ ਕਿ ਅਸਲੀ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇ, ਅਤੇ ਜੋ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਗਊਆਂ ਨੂੰ ਬੁੱਚੜਖਾਨੇ ਭੇਜਣ ਦੀ ਕੱਟਣ ਦੀ ਗੱਲ ਕਰ ਰਹੇ ਨੇ, ਉਹਨਾਂ ਦੇ ਖਿਲਾਫ਼ ਪਰਚੇ ਦਰਜ ਕੀਤੇ ਜਾਣ। ਜਿਸ ਤਰ੍ਹਾਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ MLA ਅਮਨ ਅਰੋੜਾ ਦੁਆਰਾ ਇਹ ਬਿਆਨ ਦਿੱਤਾ ਗਿਆ ਕਿ ਗਊਆਂ ਦੀ ਕੱਟ ਵੱਢ ਹੋਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਕੱਟ ਵੱਢ ਕੇ ਖਪਾ ਦੇਣਾ ਚਾਹੀਦਾ, ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਦਿੱਲੀ ਦੇ ਵਿੱਚ ਨਵੇਂ ਬਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕਿੰਨੀਆਂ ਗਊਆਂ ਨੂੰ ਵੱਢ ਕੇ, ਕਿੰਨੀਆਂ ਗਊਆਂ ਨੂੰ ਬੁੱਚੜਖਾਨੇ ਭੇਜ ਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ? ਦੂਜੀ ਗੱਲ, ਮੈਂ ਸਰਿਆਮ ਛਾਤੀ ਠੋਕ ਕੇ ਕਹਿੰਦਾ ਕਿ ਗਊ ਸਾਡੀ ਮਾਂ ਹੈ, ਨੰਦੀ ਸਾਡਾ ਪਿਓ ਹੈ। ਨੰਦੀ ਮਹਾਰਾਜ ਸ਼ਿਵ ਭਗਵਾਨ ਦੀ ਸਵਾਰੀ ਨੇ, ਸ਼ਿਵ ਭਗਵਾਨ ਦੇ ਸਾਥੀ ਨੇ। ਇਹ ਆਸਥਾ ਔਰ ਵਿਸ਼ਵਾਸ ਦਾ ਵਿਸ਼ਾ, ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਜਦਕਿ ਅਸਲੀ ਕਸੂਰਵਾਰ ਡੈਰੀ ਫਾਰਮ ਵਾਲੇ ਨੇ। 10,000 ਤੋਂ ਵੱਧ ਡੈਰੀ ਫਾਰਮ ਪੰਜਾਬ ਦੇ ਵਿੱਚ ਨੇ, ਜੋ ਲੋਕ 8 ਸਾਲ 10 ਸਾਲ ਉਹਨਾਂ ਗਊਆਂ ਦਾ ਦੁੱਧ ਵੇਚਦੇ ਨੇ, ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀਆਂ ਨੇ ਤਾਂ ਰਾਤ ਨੂੰ ਹਨੇਰੇ ਦੇ ਵਿੱਚ ਆ ਕੇ ਉਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਸ ਗਊਵੰਸ਼ ਨੂੰ ਛੱਡ ਦਿੰਦੇ ਨੇ ਤਾਂ ਰਾਤ ਨੂੰ ਹਨੇਰੇ ਦੇ ਵਿੱਚ ਆ ਕੇ ਉਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਸ ਗਊਵੰਸ਼ ਨੂੰ ਛੱਡ ਦਿੰਦੇ ਨੇ, ਜਿਸ ਦੇ ਕਾਰਨ ਰੋਜ਼ ਐਕਸੀਡੈਂਟ ਹੋ ਰਹੇ ਨੇ, ਕੀਮਤੀ ਜਾਨਾਂ ਸਾਡੇ ਪੰਜਾਬ ਦੇ ਲੋਕਾਂ ਦੀਆਂ ਜਾ ਰਹੀਆਂ ਨੇ। ਲੇਕਿਨ ਮੈਂ ਹੈਰਾਨ ਹਾਂ ਪੰਜਾਬ ਸਰਕਾਰ ਤੋਂ, ਮੈਂ ਪੁੱਛਣਾ ਚਾਹੁੰਦਾ CM ਸਾਹਿਬ ਤੋਂ ਕਿ ਉਹ ਬੰਦੇ ਸਰਿਆਮ ਡੈਰੀ ਫਾਰਮ ਵਾਲੇ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਬੁੱਢੀਆਂ ਗਊਆਂ ਨਹੀਂ ਰੱਖ ਸਕਦੇ, ਅਸੀਂ 8 ਸਾਲ ਦੁੱਧ ਵੇਚ ਸਕਦੇ ਹਾਂ, HF ਗਊ ਅਸੀਂ ਰੱਖਣੀ ਬੰਦ ਨਹੀਂ ਕਰ ਸਕਦੇ, ਜਰਸੀ ਗਊ ਅਸੀਂ ਰੱਖਣੀ ਬੰਦ ਨਹੀਂ ਕਰ ਸਕਦੇ ਕਿਉਂਕਿ ਉਹ ਦੁੱਧ ਜ਼ਿਆਦਾ ਦਿੰਦੀ ਹੈ। ਉਹ ਕਹਿੰਦੇ ਦੁੱਧ ਵੇਚ ਕੇ 40-40 ਕਿਲੋ ਦੁੱਧ ਚੋ ਕੇ ਵੀ ਉਹਨਾਂ ਦਾ ਜਿਹੜਾ ਖਰਚਾ ਉਹ ਨਹੀਂ ਚੱਲ ਰਿਹਾ, ਫਿਰ ਉਹ ਵਪਾਰ ਬੰਦ ਕਰ ਦੇਣ। ਉਹਨਾਂ ਨੇ ਗਊਆਂ ਦਾ ਵਪਾਰ ਜ਼ਰੂਰ ਕਰਨਾ, ਉਹ ਇਕੱਲੀਆਂ ਮੱਝਾਂ ਦਾ ਵਪਾਰ ਕਰ ਲੈਣ। ਮੈਂ ਬਿਲਕੁਲ ਕਲੀਅਰ ਲਫ਼ਜ਼ਾਂ ਦੇ ਵਿੱਚ ਕਹਿ ਰਿਹਾ ਕਿ 10,000 ਤੋਂ ਵੱਧ ਜਿਹੜੇ ਡੈਰੀ ਫਾਰਮ ਹੈ ਇਹਨਾਂ ਦੀ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਜੰਗਲਾਤ ਮਹਿਕਮਾ ਹਾਥੀ ਦੇ ਕੰਨ ਦੇ ਵਿੱਚ ਇੱਕ ਚਿੱਪ ਲਾ ਆਉਂਦਾ ਅਤੇ ਪਤਾ ਲੱਗ ਜਾਂਦਾ ਕਿ ਹਾਥੀ ਦਾ ਮਾਲਕ ਕੌਣ ਹੈ, ਉਸੀ ਤਰ੍ਹਾਂ ਪੰਜਾਬ ਦੇ ਵਿੱਚ ਤਕਰੀਬਨ 472 ਗਊਸ਼ਾਲਾ ਨੇ, ਜਿਸ ਦੇ ਵਿੱਚੋਂ 366 ਰਜਿਸਟਰ ਨੇ। ਉਹਨਾਂ ਦੀ ਦੇ ਵਿੱਚ ਜਿਹੜਾ ਗਊਵੰਸ਼ ਹੈ ਉਸਦੀ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਇਲਜ਼ਾਮ ਲਾਏ ਜਾਂਦੇ ਨੇ ਇਹ ਡੈਰੀ ਫਾਰਮ ਵਾਲਿਆਂ ਦੁਆਰਾ ਕਿ ਰਾਤ ਨੂੰ ਗਊਸ਼ਾਲਾ ਵਾਲੇ ਗਊਵੰਸ਼ ਨੂੰ ਬਾਹਰ ਕੱਢ ਦਿੰਦੇ ਨੇ। ਦੂਜੇ ਪਾਸੇ ਜਿਹੜਾ 10,000 ਡੈਰੀ ਫਾਰਮ ਚੱਲ ਰਿਹਾ ਉਸ ਦੇ ਵਿੱਚ ਘੱਟੋ ਘੱਟ 3 ਲੱਖ ਗਊ ਹੈ, ਉਹਦੀ ਸਾਰੇ ਦੀ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਜਦੋਂ